ਹੋਰ ਜਸੀ ਲੱਗ ਗਿਆ ਦਿਲ? ਹਾਂਜੀ ਦੀਦੀ ਦਿਲ ਤਾਂ ਲੱਗ ਗਿਆ, ਹੁਣ ਦਿਲ ਤਾਂ ਲਾਣਾ ਹੀ ਪੈਣਾ। ਆਪਾਂ ਕਿਹੜੇ ਇੱਥੇ ਰਿਸ਼ਤੇਦਾਰਾਂ ਦੇ ਆਏ ਵੀ ਜਿਹੜਾ 4 ਦਿਨ ਬਾਅਦ ਚੱਲ ਜਾਣਾ, ਹੁਣ ਜੇ ਰਹਿਣਾ ਹੀ ਇੱਥੇ ਆ ਫਿਰ ਦਿਲ ਤਾਂ ਲਾਣਾ ਹੀ ਪੈਣਾ। ਐਡਜਸਟਮੈਂਟ ਤਾਂ ਕਰਨੀ ਪੈਣੀ ਹੈ ਨਾ ਹੁਣ। ਐਡਜਸਟਮੈਂਟ ਕੀ ਮਤਲਬ ਤੁਹਾਡਾ ਦੀਦੀ? ਮਤਲਬ ਇਹੋ ਹੀ ਕਿ ਆਪਾਂ ਦੋਵਾਂ ਜਾਣੀਆਂ ਹੋਰ ਰਲ ਮਿਲ ਕੇ ਤਾਂ ਕੰਮ ਕਰ ਲਿਆ ਕਰਾਂਗੀਆਂ, ਕਦੀ ਤੂੰ ਕਿਚਨ ਦਾ ਕਰਦਾ ਕਰੀ, ਕਦੀ ਮੈਂ ਕਰਦਾ ਕਰਾਂਗੀ, ਐਡਜਸਟਮੈਂਟ ਇਹੋ ਹੀ ਨਹੀਂ ਹੋਰ ਕੀ। ਹਾਂਜੀ ਹਾਂਜੀ ਦੀਦੀ ਰਲ ਮਿਲ ਕੇ ਕਰ ਲਿਆ ਕਰਾਂਗੇ ਕੰਮ। ਹਾਂ ਰੋਟੀ ਰੋਟੀ ਬਣਾ ਲਓ, ਭੁੱਖ ਬੜੀ ਲੱਗੀ ਆ। ਹਾਂਜੀ ਲੱਗੇ ਮੰਮੀ ਜੀ ਬਣਾਉਣ। ਬਸ ਕਿੰਨਾ ਟਾਈਮ ਲੱਗਣਾ? ਬਸ ਆ ਲੱਗੇ ਸਬਜ਼ੀ ਦੀ ਤਿਆਰੀ ਕਰਨ, ਬਣਾ ਦਿੰਦੇ ਹੁਣ ਰੋਟੀ ਅੱਧੇ ਘੰਟੇ ਤੱਕ। ਚੱਲ ਸਵਾਣੀ ਮੈਂ ਸਬਜ਼ੀ ਬਣਾਉਣੀ ਆ ਤਾਂ ਤੂੰ ਰੋਟੀ ਬਣਾ ਦੇ, ਠੀਕ ਆ? ਰੋਟੀ? ਹਾਂ ਕਿਉਂ, ਕੀ ਹੋਇਆ? ਨਹੀਂ ਕੁਛ ਨਹੀਂ, ਬਣਾ ਦਿੰਦੀ ਹਾਂ। ਹਾਂ ਚੱਲ ਠੀਕ ਆ। ਸੰਦੀਪ ਇੱਦਾਂ ਆ ਗਈ, ਰੋਟੀ ਨਹੀਂ ਲਿਆਈ, ਮੈਨੂੰ ਤਾਂ ਭੁੱਖ ਲੱਗੀ ਆ। ਰੋਟੀ ਮੰਮੀ ਜੀ ਮੈਂ ਸਬਜ਼ੀ ਬਣਾ ਦਿੱਤੀ ਤਾਂ ਜੱਸੀ ਦੇ ਬਣਾਓ, ਰੋਟੀ ਲਿਆਉਂਦੀ ਆ। ਇੰਨਾ ਟਾਈਮ ਜੱਸੀ ਰੋਟੀ ਲਾਉਣ ਨੂੰ ਲਾਉਣ ਡਈ? ਪਤਾ ਨਹੀਂ, ਮੈਂ ਵੇਖ ਕੇ ਆਉਂਦੀ ਭਲਾ। ਜੱਸੀ ਬਣੀ ਨਹੀਂ ਰੋਟੀ ਅਜੇ? ਮੰਮੀ ਜੀ ਮੈਨੂੰ ਰੋਟੀ ਨਹੀਂ ਬਣਦੀ ਪਈ। ਕਿਉਂ, ਕੀ ਗੱਲ ਹੋਈ, ਕਿਉਂ ਨਹੀਂ ਬਣਦੀ? ਮੈਂ ਤਾਂ ਘਰੇ ਕਦੇ ਨਹੀਂ ਬਣਾਈ ਰੋਟੀ, ਮੈਨੂੰ ਨਹੀਂ ਆਉਂਦੀ ਬਣਾਉਣੀ। ਚੱਲ ਕੋਈ ਨਹੀਂ, ਫਿਰ ਆਪੇ ਸੰਦੀਪ ਬਣਾ ਲੈਂਦੀ ਆ, ਆ ਜਾ ਬਾਹਰ ਤੋਂ। ਸੰਦੀਪ? ਹਾਂਜੀ। ਜਾ ਰੋਟੀ ਬਣਾ ਲਾ, ਅੱਜ ਕਦੇ ਬਣੀ ਨਹੀਂ ਆ ਰੋਟੀ। ਕੋਈ ਗੱਲ ਨਹੀਂ ਮੰਮੀ, ਮੈਂ ਸਿਖਾ ਦਿੰਦੀ ਇਹਨੂੰ ਰੋਟੀ, ਨਾਲ ਲੈ ਜਾਂਦੀ ਆਪਣੇ ਨੂੰ। ਸਿਖਾਉਣਾ ਤੂੰ ਕੀ ਆ, ਹੁਣ ਤੂੰ ਬਣਾ ਲਾ ਹਾਂ, ਫਿਰ ਆਪੇ ਸਿੱਖ ਲੂਗੀ। ਕਿਹੜਾ ਟਾਈਮ ਹੋਇਆ ਜੇ ਉਹਨੂੰ ਆਈ ਨੂੰ ਵੀ ਰੋਟੀ ਬਣਾਉਣੀ ਦਾ, ਉਦੋਂ ਸਿਖਾ ਦੇਣੀ ਆ, ਸਿੱਖ ਲੂਗੀ। ਕੋਈ ਗੱਲ ਨਹੀਂ, ਚਲੋ ਠੀਕ ਆ, ਜਾ ਤੂੰ ਬਣਾ ਕੇ ਲਿਆ, ਜਲਦੀ ਭੁੱਖ ਲੱਗੀ ਆ। ਦੀਦੀ ਪੰਜਾਬੀ ਮੂਵੀ ਵੇਖੀ ਹੈ? ਹਾਂ ਦੇਖ ਲੈਂਦੇ ਹਾਂ। ਕਿਹੜੀ ਦੇਖਣੀ? ਪਰ ਰੱਖ ਹੌਂਸਲਾ ਵੇਖਦੇ ਦਲਜੀਤ ਦੀ। ਰੱਖ ਹੌਂਸਲਾ? ਹਾਂ ਵਧੀਆ ਮੂਵੀ, ਨਾਲੇ ਕਮੇਡੀ ਵੀ ਆ। ਚਲੀਏ ਫਿਰ। ਚਲ ਕੱਪੜੇ ਲਾ ਲਿਆ, ਬੱਦਲ ਵੇਖ ਕਿੱਦਾਂ ਹੋਇਆ ਵਾ, ਭੇਜ ਜਾਣੇ ਸਾਰੇ। ਮੈਂ ਲਾਉਣੀ ਮੰਮੀ ਜੀ। ਤੂੰ ਬੈਠੀ ਰਹਿ, ਭੇਜ ਲਾ ਕੇ ਲਿਆਉਂਦੀ ਸੰਦੀਪ, ਜਾ ਲਾ ਕੇ ਲਿਆ। ਜਾਨੀ ਮੰਮੀ ਜੀ। ਹੋਰ ਜੱਸੀ, ਤੇਰੇ ਮੰਮੀ ਡੈਡੀ ਦਾ ਆਉਂਦਾ ਫੋਨ ਫਾਨ? ਹਾਂਜੀ ਮੰਮੀ ਜੀ ਠੀਕ ਹੈ। ਅੱਛਾ, ਤੇ ਕੈਨੇਡਾ ਵਾਲੇ ਭਰਾ ਦਾ ਕੀ ਹਾਲ ਆ? ਉਹ ਵੀ ਠੀਕ ਹੈ। ਅੱਛਾ, ਦੂਜਾ ਭਲਾ ਕਿਹੜੇ ਦੇਸ਼ ਵਾ? ਆਸਟ੍ਰੇਲੀਆ ਆਇਆ। ਅੱਛਾ ਠੀਕ ਆ। ਹਾਂ ਤੇ ਕੈਨੇਡਾ ਵਾਲੇ ਭਾਅ ਜੀ ਹੋਰੀ ਆਉਣਾ ਹੈ ਇੰਡੀਆ, ਤੇ ਇਸ ਵਾਰ ਲੋਹੜੀ ਲੈ ਕੇ ਵੀ ਸ਼ਾਇਦ ਉਹੀ ਆਉਣ। ਠੀਕ ਆ, ਚੱਲ ਚੰਗਾ, ਦੋਵੇਂ ਭਰਾ ਸੈੱਟ ਵਾ ਤੇਰੇ। ਹਾਂਜੀ। ਮੰਮੀ ਜੱਸੀ ਨੂੰ ਕੋਈ ਕੰਮ ਹੀ ਨਹੀਂ ਕਹਿੰਦੇ ਹੈਗੇ, ਉਹ ਸਾਰੇ ਕੰਮ ਨੂੰ ਕਹਿੰਦਾ ਰਹਿੰਦਾ ਵੀ ਤੂੰ ਕਰ ਕੰਮ। ਜੱਸੀ ਜੇ ਕਰਨ ਵੀ ਲੱਗਦੀ ਨਾ ਤਾਂ ਉਹਨੂੰ ਆਵਾਜ਼ ਮਾਰ ਕੇ ਬਿਠਾ ਲੈਂਦਾ ਆਪਣੇ ਲਾਗੇ, ਮੈਨੂੰ ਤਾਂ ਕਦੀ ਬੈਠਣ ਲਈ ਕਹਿੰਦਾ ਨਹੀਂ ਆ। ਜੇ ਉਹ ਘਰ ਦੀ ਨੂੰਹ ਵਾ ਤਾਂ ਮੈਂ ਵੀ ਤਾਂ ਘਰ ਦੀ ਨੂੰਹ ਹੀ ਹਾਂ, ਜਿੰਨਾ ਹੱਕ ਉਹਦਾ ਬਣਦਾ ਓਨਾ ਹੀ ਮੇਰਾ ਬਣਦਾ ਵਾ। ਕਿਉਂ ਇੱਦਾਂ ਕਰਦੇ ਮੰਮੀ? ਹੁਣ ਮੈਨੂੰ ਕੀ ਪਤਾ ਯਾਰ, ਉਦਾਂ ਕਿਤੇ ਕਹਿਤਾ ਹੋਣਾ ਆ, ਹੁਣ ਤੇਰੇ ਨਾਲ ਕੋਈ ਦੁਸ਼ਮਣੀ ਥੋੜ੍ਹੀ ਮੰਮੀ ਦੀ। ਮੈਂ ਇੱਦਾਂ ਥੋੜ੍ਹੀ ਨਾ ਗੱਲ ਕਰਨੀ ਆ, ਸੋਚ ਸਮਝ ਕੇ ਗੱਲ ਕਰਨੀ ਆ। ਕਿੰਨੇ ਦਿਨ ਹੋ ਗਏ ਮੈਨੂੰ ਨੋਟਿਸ ਕਰਦੀ ਨੂੰ, ਪਹਿਲਾਂ ਮੈਂ ਵੀ ਸੋਚਦੀ ਸੀ ਚੱਲ ਉੱਦਾਂ ਕਹਿਣ ਦੇ ਹੋਣਗੇ ਮੰਮੀ, ਹੁਣ ਵੀ ਮੈਂ ਤੁਹਾਡੇ ਨਾਲ ਗੱਲ ਕਰਨੀ ਆ, ਮੰਮੀ ਨਾਲ ਨਹੀਂ ਕੀਤੀ ਅਜੇ ਤੱਕ ਮੈਂ ਗੱਲ। ਚੱਲ ਕੋਈ ਨਹੀਂ, ਉਹ ਜੀ ਨਵੀਂ ਨਵੀਂ ਹੌਲੀ ਹੌਲੀ ਕਰਨ ਲੱਗ ਪਊਗੀ ਕੰਮ, ਕੋਈ ਗੱਲ ਨਹੀਂ। ਮੰਮੀ ਜੀ, ਹਾਂ ਮੈਂ ਤੁਹਾਨੂੰ ਦੱਸਿਆ ਸੀ ਨਾ ਅੱਜ ਭਾਜੀ ਹੋਰੀ ਆਉਣਾ। ਅੱਛਾ, ਉਹਨਾਂ ਨੇ ਘੰਟੇ ਤੱਕ ਤੁਰ ਪੈਣਾ ਘਰੋਂ।
ਠੀਕ ਆ ਚੱਲ ਫਿਰ ਮੈਂ ਤੇਰੀ ਸਬਜ਼ੀ ਲਿਆ ਦਿੰਦੀ ਹਾਂ ਪਨੀਰ ਲੈ ਆਉਣੀ ਪਾਈ ਆ ਤੇ ਦਹੀਂ ਲੈ ਆਉਣੀ ਆ ਤੇ ਚਾਹ ਨਾਲ ਸਮੋਸੇ ਲੈ ਆਉਣੀ ਆ ਘਰੇ ਤਾਂ ਹੈ ਨਹੀਂ ਕੋਈ ਫਿਰ ਤੁਸੀਂ ਇਕੱਲੇ ਕਿਵੇਂ ਜਾਓਗੇ ਕੋਈ ਨਹੀਂ ਮੈਂ ਤੁਰ ਕੇ ਚੱਲ ਜਾਂਦੀ ਆਹ ਤਾਂ ਹੈ ਵਾ ਲਿਆ ਦਿੰਦੀ ਹੁਣ ਲਿਆਉਣਾ ਤਾਂ ਆਈ ਆ ਫਿਰ ਠੀਕ ਹੈ ਹਾਂ ਠੀਕ ਆ ਲਿਆ ਦਿੰਦੀ ਹਾਂ मौसम ठंडा इना दिन वैसे बर्फ पी अच्छा कपड़े ना सारे परिवार दे रोटी खादी मम्मी जी हाँ कल मेरा भरा भाभी ने आना चाहिए लोरी लैके अच्छा चल कोई नहीं आ लैन दे हाँ जी मैं हाँ। फिर इन्होंने फोन कर दिनी हाँ अच्छा कल वास्ते पनीर तो मटर लै आएंगे तो नाल मिठा लै आएंगे कल वास्ते इन्ना को की करना वा घर दाल पई है ना दाल बना ली तो पकौड़े दो बना ली सब्जी कद नहीं मंगानी है वाधू फालतू के खर्चे तो चाह चाह ना पकौड़े बना ली क्या तो है वा तो दाल दूल बना ला नहीं तो राजमा बना ले भेलिया तो बना ली सवेरे सब्जी की करनी है पनीर चलो ठीक हाँ संदीप पानी पूरी लै गया हां जी लिया दुनियादारी
ਚਲੋ ਠੀਕ ਹੈ ਦੀਦੀ ਫਿਰ ਅਸੀਂ ਨਾ ਚੱਲਦੇ ਆ ਸਾਨੂੰ ਨਾ ਕੰਮ ਹੀ ਥੋੜਾ ਜਿਹਾ ਮੰਦੀ ਮੈਂ ਸਬਜ਼ੀ ਬਣਾਈ ਰੋਟੀ ਖਾ ਕੇ ਜਾਇਓ ਹੁਣ ਤੁਸੀਂ ਦੋਵੇਂ ਨਹੀਂ ਨਹੀਂ ਰੋਟੀ ਦੀ ਨਹੀਂ ਲੋੜ ਹੈਗੀ ਕੰਮ ਆ ਹੋਰ ਕਿਤੇ ਵੀ ਜਾਣਾ ਹੈ ਤੇ ਫਿਰ ਕੀ 2 ਮਿੰਟ ਲੱਗਣੇ ਬਸ ਰੋਟੀ ਬਣਾਉਣ 'ਚ ਕਿੰਨਾ ਟਾਈਮ ਲੱਗਦਾ ਵਾ ਨਹੀਂ ਨਹੀਂ ਕੋਈ ਨਹੀਂ ਇਹਨਾਂ ਨੂੰ ਕੰਮ ਹੋਊਗਾ ਜਾਣ ਦੇ ਚਲੋ ਠੀਕ ਆ ਦੀਦੀ ਠੀਕ ਆਇਆ ਤੁਸੀਂ ਵੀ ਦੀਦੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਇਆ ਹਾਂ ਆਵਾਂਗੇ ਚੰਗਾ ਚਲੋ ਠੀਕ ਇਹਨੂੰ ਕੀ ਖੋਲ ਕੇ ਵੇਖਣ ਲੱਗੀ ਆ ਵੇਖ ਲਈ ਨਾ ਮੰਮੀ ਜੀ ਕੀ ਲੈ ਕੇ ਆਏ ਆ ਤੇ ਕੀ ਹੋਣਾ ਇਹਦੇ ਚਾਰ ਵਾਰੀ ਵਿੱਚ ਲੱਡੂ ਲਿਆਉਂਦੇ ਤੇ ਲੱਡੂ ਯਾਰ ਕਾ ਹੋਣੇ ਹੋਰ ਯਾਰ ਕਾ ਉਹਨਾਂ ਕੀ ਪਾ ਲਿਆਂਦਾ ਵਿੱਚ ਖੋਆ ਤੇ ਨਹੀਂ ਪਾ ਲਿਆਂਦਾ ਖੋਲ ਕੇ ਵੇਖਣ ਲੱਗੀ ਆ ਭਾਂਡੇ ਚੁੱਕ ਲਾ ਜੂਠੇ ਪਏ ਆ ਸ਼ੋਪਿੰਗ ਨਿਕਲਿਆ ਹੁਣ ਮਾੜਾ ਜਿਹਾ ਸੂਰਜ ਲੋਆ ਜਿਹਾ ਧੁੱਪ ਧੁੱਪ ਤੇ ਲੱਗੀ ਨੀ ਤੁਸੀਂ ਬਾਹਰ ਬੈਠੇ ਜੇ ਠੰਡ 'ਚ ਕੀ ਕਰੀਏ ਸਵੇਰ ਦੇ ਅੰਦਰ ਰਜਾਈ 'ਚ ਬੈਠੇ ਹਾਂ ਹੁਣ ਮੈਂ ਚੱਲ ਬਾਹਰ ਘੜੀ ਬਹਿੰਦੇ ਹਾਂ ਧੁੱਪੇ ਅੱਛਾ ਅੱਛਾ ਹਾਂ ਸੰਦੀਪ ਪਾਣੀ ਦਾ ਗਲਾਸ ਲਿਆ ਦੇ ਤਜਿੰਦਰ ਆ ਗਿਆ ਸੀ ਮੈਂ ਲਿਆਉਂਦੀ ਮੰਮੀ ਜੀ ਪਾਣੀ ਤੂੰ ਬਹਿ ਜਾ ਆਪੇ ਲਿਆ ਦਿੰਦੀ ਉਹ ਉੱਥੇ ਹੀ ਆ ਰਸੋਈ 'ਚ ਲੈ ਆਉਂਦੀ ਹੈ ਮੰਮੀ ਜੀ ਸੰਦੀਪ ਨੇ ਨਾ ਮੈਨੂੰ ਬੜਾ ਚਿਰ ਪਹਿਲਾਂ ਗੱਲ ਕਹੀ ਸੀ ਇੱਕ ਕਿ ਮੰਮੀ ਘਰ ਦਾ ਸਾਰਾ ਕੰਮ ਮੇਰੇ ਕੋਲ ਕਰਾਉਂਦੇ ਆ ਜੱਸੀ ਨੂੰ ਕੋਈ ਕੰਮ ਨਹੀਂ ਕਰਨ ਦਿੰਦੇ ਅਤੇ ਮੈਂ ਉਹਦੀ ਗੱਲ ਨੂੰ ਹਲਕੇ 'ਚ ਲਿਆ ਸੀ ਪਰ ਕੱਲ੍ਹ ਤਾਂ ਮੰਮੀ ਜੀ ਮੈਂ ਆਪਣੀ ਅੱਖੀਂ ਵੇਖ ਲਿਆ ਵੀ ਤੁਸੀਂ ਵਾਕਿਆ ਹੀ ਸੰਦੀਪ ਨੂੰ ਸਾਰਾ ਕੰਮ ਕਹਿੰਦੇ ਜੱਸੀ ਨੂੰ ਕੋਈ ਕੰਮ ਨਹੀਂ ਕਹਿੰਦੇ ਇੱਦਾਂ ਕਿਉਂ ਕਰਦੇ ਜੀ ਤੁਸੀਂ ਤੈਨੂੰ ਨਹੀਂ ਪਤਾ ਕਿਉਂ ਕਰਦੇ ਆ ਤੂੰ ਕਿੱਥੇ ਰਹਿੰਦਾ ਵਾ ਹੁਣ ਸੰਦੀਪ ਜਦੋਂ ਵਿਆਹੀ ਆਈ ਸੀ ਇਹ ਕੀ ਲੈ ਕੇ ਆਈ ਸੀ ਖਾਲੀ ਆਈ ਸੀ ਨਾ ਹੁਣ ਉਹਦਾ ਵਿਆਹ ਹੋਇਆ ਤੇ ਕਿੰਨਾ ਸਮਾਨ ਉਹਨਾਂ ਦੇ ਘਰ ਹੀ ਭਰਤਾ ਸਾਡਾ ਸਮਾਨ ਨਾ ਨਾਲੇ ਸੰਦੀਪ ਤੇ ਪਿੱਛੇ ਵੀ ਕੰਮ ਕਰਦੀ ਆਈ ਆ ਤੇ ਉਹ ਕਿਹੜੀ ਪਿੱਛੇ ਕੰਮ ਕਰਦੀ ਉਹਨਾਂ ਤੇ ਨੌਕਰ ਚਾਕਰ ਰੱਖੇ ਸੀਗੇ ਇੱਥੋਂ ਹੀ ਵੇਖਦਾ ਹੁਣ ਤੂੰ ਇਹਦੇ ਵਿਆਹ ਨੂੰ ਕਿੰਨੇ ਸਾਲ ਹੋ ਗਏ 4-5 ਸਾਲ ਹੋ ਗਏ ਆ ਤੇ ਹਰ ਵਾਰੀ ਲੱਡੂ ਲਿਆਉਂਦੇ ਆ ਹਰ ਵਾਰੀ ਲੱਡੂ ਲਿਆਉਂਦੇ ਆ ਜਿਹਨਾਂ ਨੂੰ ਕੋਈ ਖਾਂਦਾ ਵੀ ਨਹੀਂਗਾ ਹੁਣ ਉਹਦੀ ਪਹਿਲੀ ਲੋਹੜੀ ਆਈ ਹੈ ਤੇ ਕੀ ਕੁਛ ਲੈ ਕੇ ਆਏ ਆ ਡਿਨਰ ਸੈੱਟ ਲਿਆਏ ਲੈਪਟੋਪ ਲਿਆਏ ਸਾਰੇ ਟੱਬਰ ਦੇ ਕੱਪੜੇ ਲਿਆਏ ਤੂੰ ਕੰਮ ਕਾਹਦਾ ਕਰਨਾ ਉਹ ਤਕੜੇ ਘਰੋਂ ਆਈ ਆ ਤੇ ਇੱਥੇ ਫਿਰ ਮੰਮੀ ਜੀ ਹੁਣ ਉਹਨਾਂ ਨੇ ਉੱਥੇ ਨੌਕਰ ਰੱਖਿਆ ਸੀਗਾ ਪਿੱਛੇ ਤੇ ਇੱਥੇ ਫਿਰ ਹੁਣ ਤੁਸੀਂ ਸੰਦੀਪ ਨੂੰ ਨੌਕਰ ਬਣਾਤਾ ਫਿਰ ਤੂੰ ਬਹੁਤੀਆਂ ਮੇਰੇ ਨਾਲ ਗੱਲਾਂ ਨਾ ਕਰ ਮੈਨੂੰ ਪਤਾ ਮੈਂ ਕੀ ਕਰਨਾ ਵਾ ਬੁੜੀਆਂ ਦੀ ਗੱਲਾਂ 'ਚ ਤੈਨੂੰ ਕੀ ਲੱਗੇ ਬੁੜੀਆਂ ਦੀ ਗੱਲਾਂ ਨੂੰ ਜਾ ਆਪਣਾ ਕੰਮ ਕਰ ਜਾ ਕੇ ਬੁੜੀਆਂ ਦੀ ਗੱਲਾਂ 'ਚ ਐਵੇਂ ਤੂੰ ਦਖਲਅੰਦਾਜ਼ੀ ਕਰਦਾ ਰਹਿੰਦਾ ਵਾ ਇਹਦੇ ਨਾਲ ਕੀ ਹੁੰਦਾ ਅਤੇ ਉਹਦੇ ਨਾਲ ਕੀ ਹੁੰਦਾ ਚਲੋ ਠੀਕ ਆ ਆਹੋ ਜਾ ਕੰਮ ਕਰ ਆਪਣਾ ਜੱਸੀ ਹਾਂਜੀ ਜਾ ਅੰਦਰੋਂ ਦਵਾਈ ਲੈ ਦੇ ਸਿਰ ਬੜਾ ਦਰਦ ਕਰਨ ਡਿਆ ਪਤਾ ਨਹੀਂ ਕੀ ਹੋਣ ਡਿਆ ਮੰਮੀ ਜੀ ਤੁਹਾਡੀ ਦਵਾਈਆਂ ਦੇ ਤਾਂ ਦੀਦੀ ਹੋਰਾਂ ਨੂੰ ਪਤਾ ਉਹ ਵੀ ਦਿੰਦੇ ਤੁਹਾਨੂੰ ਦਵਾਈਆਂ ਉਹਨਾਂ ਨੂੰ ਬੋਲ ਦਿਓ ਸੰਦੀਪ ਨੀ ਸੰਦੀਪ ਹਾਂਜੀ ਮੰਮੀ ਜੀ ਮੇਰਾ ਸਿਰ ਬੜਾ ਦੁਖਣ ਡਿਆ ਵਾ ਤੇ ਜਾ ਮੈਨੂੰ ਦਵਾਈ ਫੜਾ ਅੰਦਰੋਂ ਤੁਹਾਨੂੰ ਤਾਂ ਬੁਖਾਰ ਹੀ ਬਹੁਤ ਆ ਮੰਮੀ ਜੀ ਮੈਂ ਹੁਣ ਦਵਾਈ ਲੈ ਕੇ ਆਉਂਦੀ ਹਾਂ ਤਾਂ ਇਹ ਤਾਂ ਮੇਰੇ ਕੋਲ ਉੱਠਿਆ ਨਹੀਂ ਜਾਣ ਡਿਆ ਸਿਰ ਬੜਾ ਫਟਣ ਡਿਆ ਹਾਂਜੀ ਕੋਈ ਗੱਲ ਨਹੀਂ ਮੈਂ ਲਿਆਉਂਦੀ ਦਵਾਈ ਬੀਪੀ ਵੱਧ ਮੰਮੀ ਜੀ ਤੁਹਾਡਾ ਤਾਂ ਹੀ ਉੱਠਿਆ ਜਾਣ ਡਿਆ ਤੁਹਾਡੇ ਕੋਲ ਫਿਰ ਦਾ ਤਾਂ ਤਾਂ ਮੇਰਾ ਸਿਰ ਵੀ ਬੜਾ ਦੁਖਣ ਡਿਆ ਵਾ ਚਲੋ ਕੋਈ ਗੱਲ ਨਹੀਂ ਮੈਂ ਦਵਾਈ ਦੇ ਦਿੰਦੀ ਆਪੇ ਫਰਕ ਪੈ ਜਾਊਗਾ ਠੀਕ ਆ ਕੀ ਗੱਲ ਹੋ ਗਈ ਹੈ ਕੁਛ ਨਹੀਂ ਸਿਰ ਜਿਹਾ ਦੁਖਦਾ ਸੀਗਾ ਤੇ ਜੱਸੀ ਨੂੰ ਮੈਂ ਕਿਹਾ ਮੇਰੇ ਅੰਦਰੋਂ ਦਵਾਈ ਫੜਾ ਤਾਂ ਕਹਿੰਦੀ ਵੀ ਉਹ ਦੀਦੀ ਨੂੰ ਪਤਾ ਮੈਨੂੰ ਨਹੀਂ ਪਤਾ ਕੁਛ ਵੀ ਦਵਾਈ ਦਾ ਨਾਲੇ ਮੈਂ ਫਿਲਮ ਵੇਖਣ ਡਈ ਹਾਂ ਫਿਰ ਸੰਦੀਪ ਨੂੰ ਆਵਾਜ਼ ਮਾਰੀ ਇਹਨੇ ਵੇਖਿਆ ਆਉਂਦੀ ਬੁਖਾਰ ਵੀ ਆ ਬੀ ਪੀ ਵਧਿਆ ਵਾ ਤਾਂ ਇਹ ਤਾਂ ਮੇਰੇ ਕੋਲ ਉੱਠਿਆ ਨਹੀਂ ਜਾਣ ਡਿਆ ਸਵੇਰ ਦਾ ਦਵਾਈ ਖਾਧੀ ਹੁਣ ਖਾਧੀ ਦਵਾਈ ਹੁਣ ਪਿਆ ਫਰਕ ਥੋੜ੍ਹਾ ਜਿਹਾ
ਵੇਖਿਆ ਮੰਮੀ ਜੀ ਤੁਸੀਂ ਜੱਸੀ ਜੱਸੀ ਕਰਦੇ ਰਹਿੰਦੇ ਸੀ ਉਹਨੂੰ ਕੰਮ ਵੀ ਨਹੀਂ ਕਹਿੰਦੇ ਕੋਈ ਅਤੇ ਸੰਦੀਪ ਜਿਹੜੀ 4 ਸਾਲ ਤੋਂ ਤੁਹਾਡੀ ਸੇਵਾ ਕਰਦੀ ਆਉਂਦੀ 4-5 ਸਾਲ ਤੋਂ ਉਹ ਤੁਸੀਂ 1 ਮਿੰਟ 'ਚ ਪੜ੍ਹਾ ਤੀ ਸਿਰਫ ਜਿਹੜਾ ਉਹਦਾ ਦਾਜ ਆਇਆ ਇੰਨਾ ਭਰ ਭਰ ਕੇ ਉਹ ਮਾਇਆ ਨੇ ਤੁਹਾਡੀ ਅੱਖਾਂ 'ਤੇ ਪੜਦਾ ਪਾ ਤਾ ਬਸ ਹੁਣ ਵੀ ਸੰਦੀਪ ਹੀ ਕੰਮ ਆਈ ਨਾ ਹੁਣ ਵੀ ਤੁਸੀਂ ਕਹਿ ਦਿੰਦੇ ਸੋਫਿਆਂ ਨੂੰ ਕਹਿ ਦਿੰਦੇ ਵੀ ਮੇਰਾ ਬੀ ਪੀ ਚੈੱਕ ਕਰਦੇ ਜਿਹੜਾ ਉਹ ਉਦਣ ਆਇਆ ਸੀਗਾ ਲੈਪਟੋਪ 'ਤੇ ਡਿਨਰ ਸੈੱਟ ਉਹਨੂੰ ਬੁਲਾ ਲੈਂਦੇ ਵੀ ਮੈਨੂੰ ਦਵਾਈ ਦੇ ਦੇ ਜਿਹੜਾ ਹੋਰ ਆਇਆ ਆਪਣਾ ਡਾਇਨਿੰਗ ਟੇਬਲ ਉਹਨੂੰ ਕਹਿ ਦਿੰਦੇ ਮੈਨੂੰ ਲੈ ਜਾ ਹਸਪਤਾਲ ਮੰਮੀ ਜੀ ਬੰਦੇ ਹੀ ਕੰਮ ਆਉਂਦੇ ਆ ਚੀਜ਼ਾਂ ਥੋੜ੍ਹੀ ਕੰਮ ਆਉਂਦੀਆਂ ਉੱਦਣ ਤੁਸੀਂ ਮੰਨਦੇ ਨਹੀਂ ਚਲੋ ਹੁਣ ਠੀਕ ਆ ਕਿ ਜਾਂ ਜਾਣਾ ਮੈਂ ਦਵਾਈ ਲੈਣ ਹੋਸਪਿਟਲ ਨਹੀਂ ਹੁਣ ਮੈਂ ਦਵਾਈ ਖਾਧੀ ਆ ਉੱਥੋਂ ਮੇਰੀਆਂ ਅੱਖਾਂ 'ਤੇ ਪੜਦਾ ਹੀ ਪੈ ਗਿਆ ਵੀ ਇਹਦੇ ਮਾਪੇ ਤਗੜੇ ਆ ਮੈਨੂੰ ਨਹੀਂ ਪਤਾ ਵੀ ਬੰਦੇ ਕੰਮ ਆਉਂਦੇ ਆ ਸਮਾਨ ਥੋੜ੍ਹੀ ਕੰਮ ਆਉਂਦਾ ਵਾ ਸਮਾਨ ਜਿੰਨਾ ਮਰਜ਼ੀ ਪਿਆ ਰਹੇ ਆਖਰ ਤਾਂ ਬੰਦਿਆਂ ਨੇ ਦੁੱਖ ਸੁੱਖ ਵੇਖਣਾ ਨਾ ਚਲ ਕੋਈ ਗੱਲ ਨਹੀਂ ਮੰਮੀ ਜੀ ਜਿੰਨਾ ਇਹਦਾ ਹੱਕ ਬਣਦਾ ਆ ਓਨਾ ਹੀ ਉਹਦਾ ਵੀ ਹੱਕ ਬਣਦਾ ਆ ਮਤਲਬ ਦੋਵਾਂ ਨੂੰ ਬਰਾਬਰ ਦਾ ਰੱਖਣਾ ਚਾਹੀਦਾ ਆ ਆਹੋ ਪੁੱਤ ਗੱਲ ਤਾਂ ਤੇਰੀ ਠੀਕ ਆ ਚਲੋ ਠੀਕ ਹੈ ਕਰੋ ਤੁਸੀਂ ਰੈਸਟ ਨਵੇਂ ਕੱਪੜੇ ਕੁਪੜੇ ਲਾ ਲਾ ਠੀਕ ਆ ਹਾਂਜੀ ਵੀਡੀਓ ਵਿੱਚ ਅਸੀਂ ਇੱਕ ਛੋਟਾ ਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਤੁਹਾਡੇ ਜਿੰਨੇ ਵੀ ਵਟਸਐਪ ਗਰੁੱਪ ਆ ਜਾਂ ਹੋਰ ਜਿੱਥੇ ਜਿੱਥੇ ਵੀ ਤੁਸੀਂ ਸ਼ੇਅਰ ਕਰ ਸਕਦੇ ਜੇ ਉੱਥੇ ਸ਼ੇਅਰ ਕਰਕੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਜ਼ਰੂਰ ਕਰਿਓ ਅਤੇ ਸਾਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਲਿਓ ਸਾਡੀ ਇੰਸਟਾਗ੍ਰਾਮ ਆਈਡੀ ਆ ਜੀ tajinder.sandeep ਅਤੇ ਇਸੇ ਤਰ੍ਹਾਂ ਸਾਡੀ ਵੀਡੀਓਜ਼ ਨੂੰ ਪਿਆਰ ਦਿੰਦੇ ਰਹੋ ਅਤੇ ਅਸੀਂ ਵੀ ਤੁਹਾਡੇ ਲਈ ਵਧੀਆ ਵਧੀਆ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਇਸੇ ਤਰ੍ਹਾਂ ਅਤੇ ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।